ਜੂਨ ਦੀਆਂ ਛੁੱਟੀਆਂ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਖਾਸ ਕਰਕੇ ਵਿਆਹੇ ਹੋਰਾਂ ਨੂੰ ਬਹੁਤ ਜ਼ਿਆਦਾ ਮੁਬਾਰਕਾਂ। ਤੁਹਾਨੂੰ ਐਂ ਨਹੀਂ ਲੱਗਦਾ ਜਿਵੇਂ ਕਿਸੇ ਵਲਦ ਦੇ ਗਲ 'ਚੋਂ ਪੰਜਾਲੀ ਜੀ ਲੈ ਗਈ ਹੁੰਦੀ ਹੈ ਨਾ? ਸੋ ਘਰ ਵਾਲੇ ਕਿੰਨੇ ਖੁਸ਼ ਆ, ਉਹ ਦੇਖੋ ਕਿੰਨੇ ਇੰਜੋਏ ਕਰ ਰਿਹਾ ਉਹ। ਸੋ ਕੁਲਦੀਪ ਗਾਣੇ ਰਾਹੀਂ ਦੱਸ ਬਾਈ ਹੋਰਾਂ ਨੂੰ। ਕਹਿੰਦਾ ਘਰ ਵਾਲੀ ਪੇਕੇ ਜਾਵੇ ਕਿਉਂ ਨਾ ਬੰਦਾ ਠੇਕੇ ਜਾਵੇ, ਘਰ ਵਾਲੀ ਪੇਕੇ ਜਾਵੇ ਕਿਉਂ ਨਾ ਬੰਦਾ ਠੇਕੇ ਜਾਵੇ, ਉਹ ਯਾਰਾਂ ਨਾਲ ਢੋਲੇ ਦੀਆਂ ਮੋਟਰਾਂ ਤੇ ਬਹਿ ਕੇ ਲਾਵੇ, ਯਾਰਾਂ ਨਾਲ ਢੋਲੇ ਦੀਆਂ ਮੋਟਰਾਂ ਤੇ ਬਹਿ ਕੇ ਲਾਵੇ, ਉਹ ਜਿਵੇਂ ਰੱਸੀ ਵੱਢੀ ਜਾਂਦੀ ਹੈ ਫਾਹੇ ਉੱਤੇ ਟੰਗੇ ਦੀ, ਉਹ ਰੱਸੀ ਵੱਢੀ ਜਾਵੇ ਫਾਹੇ ਉੱਤੇ ਟੰਗੇ ਦੀ, ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਵੀ ਵਿਆਹ ਬੰਦੇ ਦੀ, ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਜੀ ਵਿਆਹ ਬੰਦੇ ਦੀ। ਗਾਂ ਕੀ ਦੀ ਹੈ ਨਾ, ਕੋਈ ਚੱਕਰ ਨਾ, ਕਹਿੰਦਾ ਹੋ ਕੋਈ ਚੱਕਰ ਨੀ ਮੇਰਾ ਸਾਲਾ ਉਹਨੂੰ ਲੈਣ ਆਇਆ ਨਾਲੇ ਘਰ ਲੈ ਗਿਆ, ਕੋਈ ਚੱਕਰ ਨੀ ਮੇਰਾ ਸਾਲਾ ਉਹਨੂੰ ਲੈਣ ਆਇਆ ਨਾਲੇ ਘਰ ਲੈ ਗਿਆ, ਹੋ ਲੱਗੇ ਜਿਵੇਂ ਕਿਸੇ ਲੱਦੇ ਹੋਏ ਗਧੇ ਉੱਤੋਂ ਯਾਰੋ ਭਾਰ ਲੈ ਗਿਆ, ਹੋਵੇ ਭਾਰ ਲੈ ਗਿਆ, ਹੋ ਰਾਂਦ ਕੱਟੀ ਗਈ ਹੈ ਘੁੰਮਣ ਘੁਮਾਉਣ ਵਾਲੇ ਪੰਗੇ ਦੀ, ਰਾਂਦ ਕੱਟੀ ਗਈ ਹੈ ਘੁੰਮਣ ਘੁਮਾਉਣ ਵਾਲੇ ਪੰਗੇ ਦੀ, ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਜੀ ਵਿਆਹ ਬੰਦੇ ਦੀ, ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਜੀ ਵਿਆਹ ਬੰਦੇ ਦੀ। ਮੋਬਾਈਲ ਨੂੰ ਵੀ ਸਾਹ ਆ ਗਿਆ ਹੁਣ, ਬੋਲੇ ਫੋਨ ਕਰ ਦਿੰਦੇ। ਹੋ ਮਸਾ ਮਸਾ ਸਾਹ ਆਇਆ ਏ ਮੋਬਾਈਲ ਨੂੰ ਸੀ ਬਿੰਦੇ ਬਿੰਦੇ ਵੱਜਦਾ, ਮਸਾ ਮਸਾ ਸਾਹ ਆਇਆ ਏ ਮੋਬਾਈਲ ਨੂੰ ਸੀ ਬਿੰਦੇ ਬਿੰਦੇ ਵੱਜਦਾ, ਹੋ ਕਿੱਥੇ ਦਿਨ ਲੰਘੇ ਕਿੱਥੇ ਰਾਤ ਗੁਜ਼ਰੇ ਵੀ ਪਤਾ ਨਹੀਂ ਲੱਗਦਾ, ਹਾਏ ਪਤਾ ਨਹੀਂ ਲੱਗਦਾ, ਰੱਬ ਨੇ ਸੁਣੀਏ ਮੱਟ ਸ਼ੇਰੋ ਵਾਲੇ ਆਵੇ ਬਾਣ ਵਾਲੇ ਮੰਜੇ ਦੀ, ਮਸਾ ਰੱਬ ਨੇ ਸੁਣੀਏ ਮੱਟ ਸ਼ੇਰੋ ਵਾਲੇ ਆਵੇ ਬਾਣ ਵਾਲੇ ਮੰਜੇ ਦੀ। ਹੋਰ ਯਾਰ ਬੈਡਾਂ ਤੇ ਪੈ ਕੇ ਸੱਜੀ ਥੱਕ ਗਏ ਸੀ, ਅੱਛਾ ਤਾਂ ਹੀ ਸੁਣੀਆ। ਸੁਣ ਸੁਣ ਰੱਬ ਨੇ ਲਈਏ ਮੱਟ ਸ਼ੇਰੋ ਵਾਲੇ ਆਵੇ ਬਾਣ ਵਾਲੇ ਮੰਜੇ ਦੀ, ਉਹ ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਜੀ ਵਿਆਹੇ ਬੰਦੇ ਦੀ, ਉਹ ਜੂਨ ਦੇ ਮਹੀਨੇ ਆ ਕੇ ਜੂਨ ਸੁਧਰੇ ਓਏ ਵਿਆਹੇ ਹੋਏ ਬੰਦਿਆਂ ਦੀ। ਅੱਛਾ ਵੀਰਾ ਬਣ ਕੇ ਹੈ ਨਾ ਬੇਨਤੀ ਆ, ਇਹ ਵੀਡੀਓ ਨੂੰ ਲੀਕ ਨਾ ਕਰਿਓ, ਪਤਾ ਕਿਉਂ? ਕਿਉਂਕਿ 20 ਦਿਨ ਕਹਿ ਕੇ ਗਈ ਹੋਈ ਆ ਉਹ, ਨਹੀਂ ਤਾਂ ਉਹ ਕੱਲ੍ਹ ਪਰਸੋਂ ਨੂੰ ਡੰਡਾ ਡੋਰਾ ਚੱਕ ਕੇ ਲਿਆਊਗੀ। ਠੀਕ ਹੈ, ਤੂੰ ਵੀ ਨਾ ਕਰੀ। ਨਾ ਮੈਂ ਨਹੀਂ ਕਰਦਾ।